ਅਸਲਾਮੁਅਲੈਕਮ ਕੀ ਹਾਲ ਚਾਲ ਉਮੀਦ ਠੀਕ ਠਾਕ ਅੱਜ ਮੈਂ ਬਣਾਉਣ ਲੱਗੀ ਸੀ ਚਿਕਨ ਦੇ ਸੀਖ ਕਬਾਬ ਤੇ ਉਹਦੀ ਰੈਸਪੀ ਸ਼ੇਅਰ ਕਰਾਂਗੀ ਮੈਂ ਤੁਹਾਡੇ ਨਾਲ ਤੇ ਉਹਦੇ ਲਈ ਸਾਨੂੰ ਸਭ ਤੋਂ ਪਹਿਲੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਹੈਗੀਆਂ ਵਾ ਗਰਮ ਮਸਾਲਾ ਪੀਸਾ ਹੋਇਆ ਗਰਮ ਮਸਾਲਾ ਥੋੜੀ ਜਿਹੀ ਹਲਦੀ ਇੱਕ ਚਮਚ ਜ਼ੀਰੇ ਦਾ ਮਸਾਲਾ ਲਾਲ ਮਿਰਚ ਦਾ ਪਾਊਡਰ ਇੱਕ ਚਮਚ ਤੇ ਇੱਕ ਚਮਚ ਸੁੱਕੇ ਤਨੀਏ ਦਾ ਪਾਊਡਰ 1 ਚਮਚ ਨਮਕ ਨਮਕ ਤੇ ਮਿਰਚ ਤੁਸੀਂ ਹਲਕੀ ਤੇਜ਼ ਆਪਣੀ ਮਰਜ਼ੀ ਨਾਲ ਕਰ ਸਕਦੇ ਆ ਮਿੱਠਾ ਸੋਡਾ 1/2 ਚਮਚ ਤੇ ਦਾਦਰ ਮਿਰਚਾਂ ਧੂੜਾ ਮਿਰਚਾਂ ਵੀ ਕਹਿੰਦੇ ਇਹਨਾਂ ਨੂੰ 1 ਚਮਚ ਆ ਸਾਰੇ ਸਾਡੇ ਮਸਾਲੇ ਜਿਹੜੇ ਆ ਇਹ ਜਾਣਗੇ ਸੀਖ ਕਬਾਬ ਦੇ ਵਿੱਚ ਉਸ ਤੋਂ ਬਾਅਦ ਸਾਨੂੰ ਚਾਹੀਦੀਆਂ 6 ਤੋਂ 7 ਅਦਦ ਹਰੀਆਂ ਮਿਰਚਾਂ ਅਗਰ ਜ਼ਿਆਦਾ ਕੜਮੀਆਂ ਹੋਣ ਤੇ ਕੰਮ ਵੀ ਘੱਟ ਸਕਦੇ ਆ ਲਸਣ ਤੇ ਨਾਲ ਅਦਰਕ ਇੱਕ ਮੁਠੀ ਧਨੀਆ ਸਬਜ਼ ਧਨੀਆ ਉਸ ਤੋਂ ਬਾਅਦ ਹੈ ਗਵਾ ਅਸੀਂ ਲਿਆ ਦੋ ਬੜੇ ਬੜੇ ਪਿਆਜ਼ ਕਿਉਂਕਿ ਸਾਡਾ 2 ਕਿਲੋ ਚਿਕਨ ਆ ਤੇ ਚਿਕਨ ਦਾ ਕੀਮਾ ਇਹਨਾਂ ਨੂੰ ਕੱਦੂਕਸ਼ ਕਰਕੇ ਇਹਨਾਂ ਦਾ ਅੱਛੀ ਤਰ੍ਹਾਂ ਪਾਣੀ ਨਿਚੋੜ ਲਿਆ ਵਾ ਪਾਣੀ ਨਿਚੋੜਨ ਤੋਂ ਬਾਅਦ ਅਸੀਂ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਚੋਪੜ ਚ ਭਾ ਕੇ ਚੋਪ ਕਰਾਂਗੇ ਤੇ ਨਾਲ-ਨਾਲ ਕੀਮਾ ਪਾਵਾਂਗੇ ਕਿਉਂਕਿ ਅਸੀਂ ਜਿਹੜਾ ਕੀਮਾ ਲੈ ਕੇ ਆਏ ਆ ਨਾ ਉਹ ਥੋੜਾ ਮੋਟਾ ਕੀਤਾ ਹੋਇਆ ਹੱਥ ਦਾ ਤੇ ਹੁਣ ਅਸੀਂ ਆਪਣੇ ਚੋਪੜ ਦੇ ਵਿੱਚ ਸਬਜ਼ ਮਿਰਚਾਂ ਲਸਣ ਤੇ ਅਦਰਕ ਪਾ ਲਿਆ ਵਾ ਆ ਦੇਖੋ ਸਾਡਾ ਕੀਮਾ ਇਹ ਹੈਗਾ ਵਾ ਕਬਾਬਾ ਦੇ ਸਾਹਮਣੇ ਥੋੜਾ ਮੋਟਾ ਵਾ ਇਸ ਲਈ ਅਸੀਂ ਇਹਨੂੰ ਨਾਲ-ਨਾਲ ਜਿਹੜਾ ਮਸਾਲਾ ਦਿਖਾਇਆ ਵਾ ਸਬਜ਼ ਮਸਾਲਾ ਤੇ ਸੁੱਕਾ ਮਸਾਲਾ ਉਹਦੇ ਨਾਲ ਮਿਕਸ ਕਰਕੇ ਚੋਪੜ 'ਚ ਪਾ ਕੇ ਥੋੜਾ-ਥੋੜਾ ਕਰਕੇ ਚੋਪ ਕਰਾਂਗੇ ਤਾਂ ਕਿ ਜਿਹੜਾ ਸਾਡਾ ਮਸਾਲਾ ਵਾ ਜਿੱਤਰਾ ਮਿਕਸ ਹੋ ਜਵੇ ਇਹ ਹੈਗਾ ਵਾ ਥਾਈ ਦਾ ਤੇ ਚਸਟ ਦਾ ਸੀਨੇ ਦਾ گوشਤ ਮਿਕਸ ਕੀਤਾ ਵਾ ਸੀਨੇ ਵਾਲਾ ਖੁਸ਼ਕ ਹੁੰਦਾ ਥਾਈ ਵਾਲਾ ਜ਼ਰਾ oily oily ਹੁੰਦਾ ਵਾ ਇਸ ਲਈ ਇਹਨਾਂ ਨੂੰ ਮਿਕਸ ਕਰਵਾਉਣਾ ਚਾਹੀਦਾ ਵਾ ਬਹੁਤ ਅੱਛੇ ਬਣਦੇ ਆ juicy juicy ਤੇ ਉਸ ਤੋਂ ਇਲਾਵਾ ਹੁਣ ਜੇ ਪਹਿਲੇ ਅਸੀਂ ਮਿਰਚਾਂ ਲਸਣ ਤੇ ਅਦਰਕ ਨੂੰ ਬਲੈਂਡ ਕੀਤਾ ਫਿਰ ਹੁਣ ਅਸੀਂ ਇਹਦੇ ਅੰਦਰ ਪਾ ਲਿਆ ਵਾ ਥੋੜਾ ਕੀਮਾ ਹੈਗਾ ਜੀ ਸਾਡਾ ਸੋਨਾ ਜਿਹਾ ਬਿੱਲਾ ਇਹ ਬੜੇ ਹੀ ਰੋ ਨਾ ਬੈਠਾ ਦੇਖ ਰਿਹਾ ਵਾ ਇਹ ਸਿਰਫ ਚਿਕਨ ਖਾਂਦਾ ਵਾ ਬੜਾ ਮਸੂਮ ਜਿਹਾ ਮੂ ਬਣਾ ਕੇ ਦੇਖਣ ਦੇ ਆਈ ਤੇ ਅਸੀਂ ਸਾਰੇ ਮਸਾਲੇ ਨੂੰ ਬਲੈਂਡਰ ਚ ਪਾਈ ਗਏ ਤੇ ਚੋਕ ਕਰ ਲਿਆ ਕੋਸ਼ ਕੀਮਾ ਸਾਡਾ ਬਚ ਗਿਆ ਸੀਗਾ ਮਸਾਲਾ ਖਤਮ ਹੋ ਗਿਆ ਸੀ ਹੁਣ ਇਹਨੂੰ ਹੱਥ ਦੀ ਮਦਦ ਨਾਲ ਅਸੀਂ ਅੱਛੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਪਹਿਲੇ ਅਸੀਂ ਇਹਦੇ ਵਿੱਚ ਪਾਵਾਂਗੇ 2 ਚਮਚ ਘਿਓ ਦੇ ਇਹਦੇ ਨਾਲ ਕਬਾਬ ਬਹੁਤ ਅੱਛੇ ਬਣਦੇ ਆ 2 ਚਮਚ ਪਾ ਕੇ ਮਸਾਲੇ ਸਾਰੇ ਪਾ ਕੇ ਹੁਣ ਅਸੀਂ ਹੱਥ ਦੀ ਮਦਦ ਨਾਲ ਇਹਨੂੰ ਅੱਛੀ ਤਰ੍ਹਾਂ ਇੰਨਾ ਮਿਕਸ ਕਰਾਂਗੇ ਕਿ ਸਾਰਾ ਕੀਮਾ ਇੱਕ ਕਲਰ ਦਾ ਹੋ ਜਾਵੇ ਮਤਲਬ ਕਿ ਸਾਰੇ ਮਸਾਲੇ ਦੇ ਅੰਦਰ ਅੱਛੀ ਤਰ੍ਹਾਂ ਮਿਕਸ ਹੋ ਜਾਣ ਜਿੱਦਾਂ ਹੀ ਸਾਡੇ ਸਾਰੇ ਮਸਾਲੇ ਮਿਕਸ ਹੋਣਗੇ ਤੇ ਸਾਡੇ ਕਬਾਬਾਂ ਦੀ ਖੁਸ਼ਬੂ ਬਨਨ ਤੋਂ ਪਹਿਲਾਂ ਹੀ ਇੰਨੀ ਅੱਛੀ ਆ ਲੱਗ ਜੁੰਦੀ ਆ ਨਾ ਆਏ ਹਾਏ ਹੇ ਤੇ ਚਲੋ ਅੱਗੇ ਚੱਲਦੇ ਹਾਂ ਹੁਣ ਮੈਂ ਜ਼ਰਾ ਇਹਨਾਂ ਨੂੰ ਅੱਛੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲਵਾਂ ਮੈਂ ਮਿਕਸ ਕਰ ਰਹੀ ਆ ਤੇ ਮੈਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਵਾ ਕਿ ਇਹਦੇ ਅੰਦਰ ਜਿਹੜਾ ਨਾ ਕਿਓ ਕਮ ਆ ਇਸ ਲਈ ਮੈਂ ਇੱਕ ਚਮਚ ਹੋਰ ਪਾਣ ਲੱਗੀ ਆ ਆਪਣੀਆਂ ਚੀਜ਼ਾਂ ਦੀ ਮਿਕਤਾਰ ਠੀਕ ਹੋਏਗੀ ਤੇ ਰੈਸਪੀ ਵੀ ਜ਼ਬਰਦਸਤ ਬਣੇਗੀ ਹੁਣ ਮੇਰਾ ਸਾਰਾ ਸਮਾਨ ਅਜੀਤਰਾ ਮਿਕਸ ਹੋ ਗਿਆ ਵਾ ਓਇਲ ਦੀ ਵਜ੍ਹਾ ਤੋਂ ਕੇਓ ਦੀ ਵਜ੍ਹਾ ਤੋਂ ਇਹਦੇ ਵਿੱਚ ਇੱਕ ਚਮਕ ਆ ਜਾਂਦੀ ਹੈ ਜਿਸ ਦੀ ਵਜ੍ਹਾ ਤੋਂ ਇਹ ਸੇਖ ਨਾਲੋਂ ਵੀ ਆਸਾਨੀ ਨਾਲ ਉਤਰ ਜਾਂਦਾ ਵਾ ਫਰਾਈ ਹੋ ਕੇ ਵੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਵਾ ਬਾਹਰੋਂ ਜਿਹੜਾ ਹੁੰਦਾ ਨਾ ਇਹ ਥੋੜਾ ਕ੍ਰਿਸਪੀ ਕ੍ਰਿਸਪੀ ਬਣ ਜਾਂਦਾ ਵਾ ਤੇ ਅੰਦਰੋਂ ਨਰਮ ਨਰਮ ਬਹੁਤ ਹੀ ਟੇਸਟ ਅੱਛਾ ਲੱਗਦਾ ਅਸੀਂ ਇਸ ਤਰ੍ਹਾਂ ਇਹਨਾਂ ਨੂੰ ਬਣਾ ਲੈਣਾ ਵਾ ਨਰਮ ਨਰਮ ਹੰਤਾ ਦਿਨਾਂ ਬਹੁਤ ਜ਼ਿਆਦਾ ਟਾਈਟ ਹਾਤ ਨਹੀਂ ਅਗਰ ਤਾਂ ਤੁਸੀਂ ਇਹਨਾਂ ਨੂੰ ਬਣਾਣਾ ਹੋਵੇ ਯਾਨੀ ਕਿ ਅੱਜ ਹੀ ਬਣਾਨਾ ਵਾ ਤੇ ਅਸੀਂ ਇਹਨੂੰ ਪਹਿਲੇ 1 ਘੰਟਾ ਫ੍ਰੀਜ ਰੱਖ ਦਵਾਂਗੇ ਤੇ ਅਗਰ ਫ੍ਰੀਜ਼ ਕਰਨੇ ਆ ਤੇ ਅਸੀਂ ਫਿਰ ਫੋਰਨ ਬਣਾ ਕੇ ਤੇ ਇਹਨਾਂ ਨੂੰ ਫ੍ਰੀਜ਼ ਕਰ ਦਵਾਂਗੇ ਤੇ ਮੈਂ ਇਹਨਾਂ ਨੂੰ ਫ੍ਰੀਜ਼ ਹੀ ਕਰਨਾ ਵਾ ਅਸੀਂ ਇਹਨਾਂ ਨੂੰ ਬਣਾ ਕੇ ਤਿੰਨ ਤੋਂ ਚਾਰ ਮਹੀਨੇ ਤੱਕ ਫ੍ਰੀਜ਼ ਕਰਕੇ ਰੱਖ ਸਕਦੇ ਹਾਂ ਤੇ ਮੇਰਾ ਹਲੇ ਫਰਾਈ ਕਰਨ ਦਾ ਰਹਾ ਤਾਂ ਨਹੀਂ ਤੁਸੀਂ ਦੇਖ ਸਕਦੇ ਮਾਸ਼ਾਅੱਲਾ ਕਿੰਨੇ ਅੱਛੇ ਬਨੇ ਆ ਮੇਰੀ ਰੈਸਪੀ ਨੂੰ ਫੋਲੋ ਕਰੋ ਤੇ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਆਪਣੀਆਂ ਪਿਆਰੀਆਂ ਪ੍ਰਾਰਥਨਾਵਾਂ ਯਾਦ ਰੱਖਿਓ ਅੱਲਾ ਹਾਫਿਜ਼